ਕਿਸਾਨ ਵੀਰੋ ਰਾਮ ਰਾਮ, ਸਤਿ ਸ਼੍ਰੀ ਅਕਾਲ, ਨਮਸਕਾਰ ਸਾਰੇ ਕਿਸਾਨ ਭਰਾਵਾਂ ਦਾ ਟਰੈਕਟਰ ਸੈਂਡ ਖੇਤੀ ਟੈਕ ਯੂਟਿਊਬ ਚੈਨਲ ਐਂਡ ਫੇਸਬੁੱਕ ਪੇਜ 'ਤੇ ਮੋਸਟ ਵੈਲਕਮ ਹੈ। ਅਤੇ ਜੋ ਆਪਣੀ ਅੱਜ ਦੀ ਵੀਡੀਓ ਲੈ ਕੇ ਆਏ ਨਾ ਤੁਹਾਡੇ ਲਈ, ਅੱਜ ਆਏ ਹਾਂ ਕਿਸਾਨ ਵੀਰੋ ਕਿਸਾਨ ਮੇਲਾ ਨਵਾਂ ਸ਼ਹਿਰ, ਠੀਕ ਹੈ ਜੀ, ਕ੍ਰਿਸ਼ੀ ਵਿਗਿਆਨ ਕੇਂਦਰ 'ਚ ਆਇਆ ਬੱਲੋਵਾਲ ਛੌਂਕਣੀ ਕਰਕੇ, ਅਤੇ ਮੇਲੇ 'ਚ ਆਇਆ। ਵੇਖ ਲਓ ਇੱਧਰ ਮੇਲਾ ਚੱਲਦਾ ਪਿਆ, ਅਤੇ ਇੱਥੇ ਨਾ ਇੱਕ ਸਟੋਲ ਮਿਲਿਆ ਆਪਾਂ ਨੂੰ ਟਰੈਕਟਰਾਂ ਦਾ, ਆਹ ਵੇਖ ਲਓ ਇਹਦਾ ਐਡਰੈਸ ਨੰਬਰ ਵਗੈਰਾ ਸਵਰਾਜ ਵਾਲਿਆਂ ਦਾ। ਅਤੇ ਸਵਰਾਜ ਦੇ ਦੋ ਮੋਡਲ ਆ, ਮੀਨਿੰਗ ਟਰੈਕਟਰ ਇੱਕੋ ਹੀ ਹੈ, ਇੱਕ 4x4 'ਚ ਆ, ਇੱਕ 4x2 'ਚ ਆ। ਇਹਦੀ ਸਾਰੀ ਜਾਣਕਾਰੀ ਲੈਂਦੇ ਹਾਂ, ਆਵਾਜ਼ ਵੀ ਸੁਣਾਵਾਂਗੇ, ਰੇਟ ਵੀ ਦੱਸਾਂਗੇ, ਅਤੇ ਵੀਡੀਓ 'ਚ ਬਣੇ ਰਹੋ ਮੇਰੇ ਵੀਰ, ਠੀਕ ਹੈ ਜੀ। ਇਹ ਜਿਹੜਾ ਪਹਿਲਾਂ ਨਾ ਇਹ ਆ 855 FE 5-star MI ਮੀਡੀਅਮ IPTO, ਠੀਕ ਹੈ ਜੀ, ਅਤੇ 15 ਸਪੀਡਾਂ ਵਾਲਾ ਹਾਈ ਲੋ ਮੀਡੀਅਮ ਸਾਈਡ ਗੇਅਰ 'ਚ ਆ। ਅਤੇ ਸਭ ਤੋਂ ਪਹਿਲੇ ਨਾ ਇਹਦੀ ਆਈਡੀਆ ਲੈਂਦੇ ਹਾਂ ਇੱਕ ਰੇਟ ਦਾ, ਭਾਅ ਜੀ ਦਾ ਕੀ ਆਈਡੀਆ ਪ੍ਰਾਈਜ਼ ਦਾ? 8,90,000 ਜਿਹੜੇ ਕਾਗਜ਼ਾਂ ਵੇਚੀ ਆ, ਜਾਂ ਕਾਗਜ਼ ਬਾਹਰ 8,90,000, ਅਤੇ ਗੁੰਜਾਇਸ਼ ਹੈਗੀ ਕੋਈ ਕਿ ਜਾਂ ਕਰ ਆਈਡੀਆ ਦੇ ਦਿੰਦੇ ਆ ਕਿਸਾਨ ਵੀਰੋ? ਤੁਸੀਂ ਕਾਫੀ ਪੁੱਛਦੇ ਹੋ ਵੀ ਰੇਟ ਦੱਸ ਦਿਓ, ਰੇਟ ਤੁਹਾਨੂੰ ਮੈਂ ਤਾਂ ਕਹਿੰਦਾ ਵੀ ਪੱਕੇ ਫਿਕਸ ਨਹੀਂ ਹੁੰਦੇ, ਜਿਲ੍ਹੇ ਤੁਸੀਂ ਟੇਬਲ 'ਤੇ ਬਹਿ ਕੇ ਉੱਥੇ ਥੋੜ੍ਹਾ ਬਹੁਤਾ ਡਿਸਕਾਊਂਟ ਵੀ ਹੋ ਜਾਂਦਾ। ਜਿਹੜਾ ਆਈਡੀਆ ਦੱਸਿਆ ਨਾ ਬਾਈ ਨੇ 8,90,000 ਦਾ ਦੱਸਿਆ, ਠੀਕ ਹੈ ਜੀ, ਅਤੇ ਉਹ ਤੋਂ ਕਹਿੰਦੇ ਥੋੜ੍ਹੀ ਗੁੰਜਾਇਸ਼ ਵਗੈਰਾ ਵੀ, ਅਤੇ ਕਾਗਜ਼ ਵੱਖਰੇ ਆ, ਅਤੇ 15 ਸਪੀਡਾਂ ਵਾਲਾ ਹਾਈ ਲੋ ਮੀਡੀਅਮ, 3 ਸਿਲੰਡਰ ਬੋਸ਼ ਦਾ ਇਨਲਾਈਨ ਪੰਪ ਹੈ, ਅਤੇ ਉਹ ਪੁਰਾਣੀ ਸ਼ੋਅ ਵਾਲੇ ਹੋ ਗਏ ਬੰਦ, ਬੜੇ ਕਿਸਾਨਾਂ ਦੇ ਕਮੈਂਟ ਆਉਂਦੇ ਕਿ ਭਾਅ ਜੀ ਉਹ ਦਵਾ ਦਿਓ, ਉਹ ਨਹੀਂ ਮਿਲਣੇ ਕਿਸਾਨ ਵੀਰੋ। ਜਦੋਂ ਮੌਕਾ ਹੈਗਾ ਸੀ ਬੜਾ ਮੈਂ ਰੌਲਾ ਪਾਇਆ, ਵੀਡੀਓ ਬਣਾਈਆਂ ਸੀ ਵੀ ਲੈ ਲਓ ਲੈ ਲਓ ਲੈ ਲਓ ਜਿੱਥੋਂ ਵੀ ਮਿਲਦੇ ਆ, ਹੁਣ ਉਹ ਬੰਦ ਕਰਦੇ ਕੰਪਨੀ ਨੇ, ਹੁਣ ਨਵੀਂ ਸ਼ੋਅ ਮਿਲਣੀ ਆ, ਅਤੇ ਇਹ ਵੀ ਵਧੀਆ ਟਰੈਕਟਰ ਵਿਕਣ ਡੇ ਆ ਖੁੱਲ੍ਹੇ, ਠੀਕ ਹੈ ਜੀ। ਅਤੇ ਜਿਹੜੇ ਇਹਦੇ 'ਚ ਚੇਂਜ ਆ ਉਹ ਤੁਹਾਨੂੰ ਪਤਾ ਹੀ ਆ, ਕਿ ਸਲੰਸਰ ਚੇਂਜ ਕਰਤਾ ਕੰਪਨੀ ਨੇ, ਸ਼ੋਅ ਚੇਂਜ ਕਰਤੀ ਆ, ਇਹ 3478 CC ਵਾਲਾ ਕਰਤਾ, ਪਹਿਲੇ 3308 CC ਸੀ। 80 ਆਹੋ ਉਹੀ 3478 ਪ੍ਰੋਕਸ 80 ਲਾ ਲਓ ਲਗਭਗ ਉਹੀ, ਠੀਕ ਹੈ ਜੀ, 3478 ਨਾਲ ਹੀ ਮਸ਼ਹੂਰ ਹੈ ਜਿੱਦਾਂ 80 ਕਰ ਲਓ, 6 ਸਾਲ ਦੀ ਵਾਰੰਟੀ ਕਰਤੀ ਹੈ। 8,90,000 ਰੇਟ ਹੈ ਇਹਦਾ, ਅਤੇ ਇਹਦੀ ਆਵਾਜ਼ ਸੁਣ ਲੈਂਦੇ ਹਾਂ ਪਹਿਲੇ, ਫਿਰ ਤੁਹਾਨੂੰ ਨਾ ਇਹਦਾ ਵੀ ਦੱਸਦੇ ਹਾਂ, 4x4 ਦੀ ਵੀ ਦਿੰਦੇ ਹਾਂ ਜਾਣਕਾਰੀ। ਭਾਅ ਜੀ ਆਵਾਜ਼ ਚੈੱਕ ਕਰਾਓ ਪਹਿਲੇ ਇਹਦੀ, ਸਟਾਰਟ ਕਰਕੇ ਇਹਦੀ ਕਰਾ ਦਿਓ, ਹਾਂ ਆਵਾਜ਼ ਚੈੱਕ ਕਰਿਓ ਕਿਸਾਨ ਵੀਰੋ ਦੀ, ਸਲੰਸਰ ਚੇਂਜ ਆ ਉਹਦੇ ਨਾਲ ਆਵਾਜ਼ 'ਚ ਫਰਕ ਪਿਆ, ਰੇਸ ਦੀ ਉਹ ਥੋੜ੍ਹੀ ਉੱਪਰ ਥੱਲੇ ਕਰਿਓ ਰੇਸ, ਚੈੱਕ ਕਰਿਓ ਕਿਸਾਨ ਵੀਰੋ ਦੀ ਆਵਾਜ਼। ਕਰ ਦਿਓ ਬੰਦ, ਮੀਨਿੰਗ ਜਿੱਦਾਂ ਸਲੰਸਰ ਚੇਂਜ ਕੀਤੇ ਆ ਨਾ ਕੰਪਨੀ ਨੇ, ਪਹਿਲੇ ਕਿਸਾਨਾਂ ਦੀ ਕਈਆਂ ਦੀ ਥੋੜ੍ਹੀ ਕੰਪਲੇਨ ਕਿ ਆਵਾਜ਼ ਜ਼ਿਆਦਾ ਇਹਦੀ ਨਾ, ਜਿੱਦਾਂ ਖੜਕਾ ਜ਼ਿਆਦਾ, ਤਾਂ ਉਹ ਵੀ ਕੰਟਰੋਲ ਹੋ ਗਈ, ਆਵਾਜ਼ ਵਧੀਆ ਹੋ ਗਈ, ਆਵਾਜ਼ ਮੀਨਿੰਗ ਪਹਿਲੇ ਨਾਲ ਥੋੜ੍ਹਾ ਸਾਇਲੈਂਟ ਹੋ ਗਿਆ ਟਰੈਕਟਰ, ਠੀਕ ਹੈ ਜੀ। ਅਤੇ ਇਹ ਵੀ ਸੇਮ ਹੀ ਹੈ ਟਰੈਕਟਰ, ਦੋਨੋਂ ਸੇਮ ਆ, 3 ਸਪੀਡ ਵਾਲੇ ਆ, ਹਾਈ ਲੋ ਮੀਡੀਅਮ ਬਸ ਇਹ 4x2 ਆ ਅਤੇ 4x4 ਆ, ਬੈਕ ਟਾਇਰ ਆ ਜਿਹੜੇ 16x28 ਦੇ ਆ, ਅਤੇ ਫਰੰਟ 7x7x16, ਅਤੇ ਇਹਦੇ 'ਚ ਆ ਜਿਹੜੇ ਫਰੰਟ ਕਿਸਾਨ ਵੀਰੋ 9x5x24 ਦੇ ਆ, ਠੀਕ ਹੈ ਜੀ, ਇਹ 4x4 'ਚ। ਅਤੇ ਇਹਦਾ ਕਿਆ ਰੇਟ ਆ ਬਾਈ ਜੀ 4x4 ਦਾ? 10,50,000 ਇਹਦਾ ਸੀ ਕਿਸਾਨ ਵੀਰੋ, 8,90,000 ਇਹਦਾ ਆ, 10,50,000 10.50, ਠੀਕ ਹੈ ਜੀ, 10,50,000। ਅਤੇ ਇਹਦੀ ਭਾਅ ਜੀ ਜਿਹੜੀ ਟੋਰਕ ਕਿੰਨੀ ਆ? 215 ਕਿਸਾਨ ਵੀਰੋ, ਕਾਫੀ ਕਿਸਾਨਾਂ ਦੇ ਕਮੈਂਟ ਆਉਂਦੇ ਕਿ ਭਾਅ ਜੀ ਤੁਸੀਂ ਇਹਦੀ ਸਵਰਾਜ ਦੀ ਟੋਰਕ ਨਹੀਂ ਦੱਸਦੇ, ਅਤੇ ਇਹਦੇ ਨਾ ਉੱਤੇ ਟੋਰਕ ਜਿਹੜੀ ਉਹ ਮੈਨਸ਼ਨ ਨਹੀਂ ਕੀਤੀ ਦੀ ਕਿਤੇ, ਮੀਨਿੰਗ ਕਈਆਂ ਟਰੈਕਟਰਾਂ ਦੇ ਉੱਪਰ ਹੀ ਆ ਜਾਂਦੀ ਆ ਮੈਨਸ਼ਨ, ਤਾਂ ਉਹਦਾ ਬਾਈ ਨੇ ਦੱਸਤਾ 215 Nm, ਠੀਕ ਹੈ ਜੀ, NM ਨਿਊਟਨ ਮੀਟਰ ਹਾਈ ਟੋਰਕ ਹੈ ਇਹਦੀ 215, ਅਤੇ ਬਾਕੀ 4x4 ਦੀ ਬ੍ਰੈਂਡਿੰਗ ਆ MI
ਐਮ ਦਾ ਮੀਨਿੰਗ ਆ ਮੀਡੀਅਮ ਗੇਅਰ ਜਿਹੜਾ ਇਹਦੇ 'ਚ, ਅਤੇ ਆਈ ਆ ਜਿਹੜਾ ਕਿਸਾਨ ਵੀਰੋ ਇੰਡੀਪੈਂਡੈਂਟ ਪੀ ਟੀ ਓ, ਮੀਨਿੰਗ ਡਬਲ ਕਲੱਚ 'ਚ ਆ ਟਰੈਕਟਰ ਹੈ ਨਾ ਜਿਹੜੇ। ਅਤੇ ਬਾਈ ਜਿੱਦਾਂ ਇਹ 5-star ਮੋਡਲ ਹੈ, ਅਤੇ ਜਦੋਂ ਪਹਿਲੀ ਸ਼ੋਅ ਵਾਲੇ ਆਉਂਦੇ ਰਹੇ ਆ ਤਾਂ ਉਹਦੇ 'ਚ 55 ਇੱਕ 4-star 'ਚ ਵੀ ਆਉਂਦਾ ਸੀ, ਇਹਦੇ 'ਚ ਵੀ ਆਇਆ ਉਹ ਨਹੀਂ ਜਾਂ ਅਵੇਲੇਬਲ ਆ? ਬਟ ਪੰਜਾਬ ਦੀ ਮਾਰਕੀਟ 'ਚ 5-star ਨੂੰ ਪਸੰਦ ਕਰਦੇ ਨੇ, ਅਵੇਲੇਬਲ ਹੈ। ਅੱਛਾ, ਮੀਨਿੰਗ ਪੰਜਾਬ 'ਚ ਨਹੀਂ ਲਾਂਚ ਕੀਤਾ 4-star ਅਜੇ? ਮਿਲਦਾ ਆ ਬਟ ਲੋਕ ਨਹੀਂ ਪਸੰਦ ਕਰਦੇ 5-star ਨੂੰ ਜ਼ਿਆਦਾ। ਆਰਡਰ 'ਤੇ ਜੇ ਕੋਈ ਕੇ ਸਪੈਸ਼ਲ ਤੇ ਸਾਰਾ ਕੁਛ ਹੈਗਾ। ਠੀਕ ਆ, ਕਿਸਾਨ ਵੀਰੋ ਬਾਈ ਨੇ ਦੱਸਿਆ ਵੀ 4-star ਵੀ ਹੈਗਾ, ਪਰ ਜ਼ਿਆਦਾ ਪ੍ਰੈਫਰੈਂਸ ਆ ਨਾ ਜਿਹੜੀ ਉਹ 5-star ਦੀ ਆ, ਕਿਉਂਕਿ ਫੀਚਰ ਸਾਰੇ ਮਿਲ ਜਾਂਦੇ ਆ। ਉਹ ਜਿਹੜਾ 4-star ਆਉਂਦਾ ਮੇਰੇ ਖਿਆਲ ਨਾਲ ਇੱਕ ਤਾਂ ਆਈ ਪੀ ਟੀ ਓ ਨਹੀਂ ਹੈਗਾ ਉਹਦੇ 'ਚ, ਠੀਕ ਹੈ ਜੀ, ਅਤੇ 1-2 ਮੀਟਰ ਦਾ ਥੋੜ੍ਹਾ ਇੱਦਾਂ, 1-2 ਫੰਕਸ਼ਨ ਘੱਟ ਆ ਉਹਦੇ 'ਚ। ਬਾਕੀ ਇਹ ਨਹੀਂ ਆ ਵੀ ਮਿਲਦਾ ਨਹੀਂ, ਜੇ ਕਿਸੇ ਨੂੰ ਵੀ ਲੈਣਾ ਹੀ ਉਹ ਹੀ ਆ, ਔਨ ਡਿਮਾਂਡ ਮਿਲ ਵੀ ਜਾਂਦਾ, ਫੀਚਰ ਹੈਗੇ ਸਾਰੇ, 4-star ਵੀ ਮਿਲ ਜਾਏਗਾ, ਅਤੇ ਇਹ 5 ਵਾਲੇ ਆ। ਹੁਣ ਉੱਪਰੋਂ ਦਿਖਾ ਦੇ, ਫਰੰਟ ਤੋਂ ਚੈੱਕ ਕਰੋ ਪਹਿਲੇ। ਦੇਖੋ ਬਾਈ, ਬਾਕੀ ਇਹ ਥੱਲੋਂ ਇਹਦਾ ਐਕਸਲ ਵਗੈਰਾ ਚੈੱਕ ਕਰ ਲਓ, ਠੀਕ ਹੈ ਜੀ। ਬੋਸ਼ ਦਾ ਪੰਪ ਹੈ ਅਤੇ 3 ਸਿਲੰਡਰ ਇੰਜਨ ਹੈ ਇਹਦੇ 'ਚ ਇਨਲਾਈਨ। ਉੱਪਰੋਂ ਚੈੱਕ, 6 ਸਾਲ ਦੀ ਵਾਰੰਟੀ ਕਰਤੀ ਕੰਪਨੀ ਨੇ ਜਿੱਦਾਂ ਦੱਸਿਆ ਸੀ। ਇਹ 4x4 ਵਾਲਾ ਇਹਦਾ ਲੀਵਰ ਹੈ, ਠੀਕ ਹੈ ਜੀ, ਅਪ ਡਾਊਨ, ਹਾਈ ਲੋ ਮੀਡੀਅਮ ਮੇਨ। ਇਹ 540 ਚੱਕਰ ਵਾਲਾ ਪੀ ਟੀ ਓ ਦਾ, ਅਤੇ ਇਹ ਆਈ ਪੀ ਟੀ ਓ ਕਲੱਚ, ਇੰਡੀਪੈਂਡੈਂਟ ਪੀ ਟੀ ਓ ਦਾ ਕਲੱਚ, ਇਹ ਦੇਖ ਲਓ ਲੀਵਰ, ਠੀਕ ਹੈ ਜੀ। ਅਤੇ 4 ਸਪੀਡਾਂ ਇਹਦੇ 'ਚ, ਇਹ ਚੈੱਕ ਕਰ ਲਓ ਉੱਪਰੋਂ ਮੀਟਰ ਇਹਦਾ, ਦੇਖ ਲਓ ਉੱਧਰੋਂ ਦੂਸਰਾ। ਅਤੇ ਬਾਈ ਜੀ ਇੱਕ ਨਾ ਜਿੱਦਾਂ ਕਿਸਾਨ ਵੀਰਾਂ ਦੀ ਕਈਆਂ ਦੀ ਆਉਂਦੀ ਵੀ ਜਿਹੜਾ 744 ਐਕਸ ਟੀ ਆ ਉਹ 3 ਸਪੀਡ 'ਚ ਵੀ ਹੋਏਗਾ ਲੋਂਚ, ਮਿਲ ਜਾਂਦਾ 3 ਸਪੀਡ 'ਚ? ਐਕਸ ਟੀ ਐਫ ਈ ਤਾਂ ਮਿਲ ਜਾਂਦਾ, ਐਕਸ ਟੀ 2 ਵੀਲ ਦੇ ਵਿੱਚ 3 ਸਪੀਡ ਦੇ ਵਿੱਚ ਅਵੇਲੇਬਲ ਹੈ। ਅੱਛਾ, ਤਾਂ 4x4 'ਚ, 4 ਵੀਲ 'ਚ ਐਫ ਈ ਮਿਲੇ। ਕਿਸਾਨ ਵੀਰੋ, ਜਿਹੜੀ ਤੁਹਾਡੀ ਕਾਫੀ ਮੀਨਿੰਗ ਕਹਿ ਲਓ ਕਮੈਂਟ ਆਉਂਦੇ ਸੀ ਨਾ ਵੀ ਪੁੱਛਦੇ ਸੀ ਤੁਸੀਂ ਕਿ ਜਿਹੜਾ 744 ਐਕਸ ਟੀ 3 ਸਪੀਡ ਆ ਸਾਈਡ ਗੇਅਰ ਹਾਈ ਲੋ ਮੀਡੀਅਮ ਉਹ ਮਿਲ ਜਾਏਗਾ, ਉਹ ਮਿਲ ਜਾਣਾ ਤੁਹਾਨੂੰ ਐਕਸ ਟੀ 3 ਸਪੀਡ, ਲੇਕਿਨ ਮਿਲਣਾ ਤੁਹਾਨੂੰ 2 ਚ ਆ, 4x2 ਚ। 4x4 ਚ ਐਕਸ ਟੀ ਨਹੀਂ ਮਿਲਣਾ 3 ਸਪੀਡ, ਤੇ ਐਕਸ ਟੀ 2 ਸਪੀਡ ਮਿਲ ਜਾਂਦਾ ਬਾਈ 4x4 ਚ? ਨਹੀਂ, ਉਹ ਵੀ ਨਹੀਂ ਮਿਲਦਾ, ਵਿੱਚ 4 ਵੀਲ ਡਰਾਈਵ ਨਹੀਂ ਮਿਲਦਾ। ਐਕਸ ਟੀ 2 ਵੀਲ ਡਰਾਈਵ, 2 ਸਪੀਡ, 3 ਸਪੀਡ ਦੋਨੇ ਤਰ੍ਹਾਂ ਅਵੇਲੇਬਲ ਹੈ, ਬਟ ਮਿਲੂਗਾ 2 ਸਪੀਡ। ਠੀਕ ਆ ਕਿਸਾਨ ਵੀਰੋ, ਜਿਹੜਾ ਐਕਸ ਟੀ ਆ ਨਾ 744 ਉਹਦੇ 'ਚ ਤੁਹਾਨੂੰ 2 ਵੀਲ ਹੀ ਮਿਲਣਾ 2 ਸਪੀਡ 'ਚ, ਠੀਕ ਹੈ ਜੀ। ਤੇ ਜਿਹੜਾ ਐਫ ਈ ਆ ਉਹ 4x4 ਵੀ ਹੈਗਾ 2 ਸਪੀਡ 'ਚ ਵੀ ਤੇ 3 ਸਪੀਡ 'ਚ ਵੀ, ਉਹ ਬਲੂ ਕਲਰ 'ਚ ਵੀ ਮਿਲ ਜਾਏਗਾ, ਰੈੱਡ 'ਚ ਵੀ ਮਿਲ ਜਾਏਗਾ, ਰੈੱਡ 'ਚ ਵੀ ਮਿਲ ਜਾਏਗਾ। ਹਾਂ, ਐਫ ਈ ਰੇਟਰ ਆ। ਅੱਛਾ ਜੀ, ਜਿਹੜਾ ਐਕਸ ਟੀ ਆ, ਐਕਸ ਟੀ ਵਿੱਚ ਸਿਰਫ ਸਿੰਗਲ ਕਲਰ ਮਿਲੇਗਾ ਬਲੂ ਕਲਰ, ਉਹਦੇ 'ਚ ਤੁਹਾਨੂੰ 3 ਸਪੀਡ ਔਰ 2 ਸਪੀਡ ਮਿਲ ਜਾਏਗਾ, ਔਰ ਦੋਏ ਟਰੈਕਟਰ ਜਿਹੜੇ ਆ ਉਹ ਸਿਰਫ 2 ਵੀਲ ਡਰਾਈਵ ਦੇ ਵਿੱਚ ਮਿਲੂਗੇ, 4 ਵੀਲ ਡਰਾਈਵ 'ਚ ਨਹੀਂ। ਠੀਕ ਆ, ਠੀਕ ਆ, ਇਹ ਜਾਣਕਾਰੀ ਕਿਸਾਨ ਵੀਰੋ ਤੁਸੀਂ ਕਾਫੀ ਪੁੱਛਦੇ ਹੋ 4 ਵੀਲ 2 ਵੀਲ। ਤਾਂ ਬਾਕੀ ਜਿਹੜਾ ਸਹੀ ਦੱਸਾਂ ਨਾ ਤੁਹਾਨੂੰ, ਜਿਹੜੀ ਵਿਕਦਾ ਨਾ ਜ਼ਿਆਦਾ ਟਰੈਕਟਰ ਉਹ 55 ਹੀ ਵਿਕਦਾ। ਮੈਂ ਵੀ ਕਈ ਵਾਰੀ ਵੀਡੀਓ 'ਚ ਕਿਹਾ ਵੀ ਪੈਸੇ ਬਚਾਉਣੇ ਆ ਅਤੇ ਬਚਾ ਲਓ ਤੁਸੀਂ, ਮੀਨਿੰਗ 55 ਲੈ ਲਓ ਜਾਂ 44 ਲਾ ਲਓ, ਇੰਜਨ ਦੋਨਾਂ 'ਚ ਸੇਮ ਹੋ ਗਿਆ 3478। ਲੇਕਿਨ ਜਿਹੜੀ 55 ਦੀ ਮਾਰਕੀਟ, ਇਹਦੀ ਲੁੱਕ, ਇਹਦਾ ਰੁਤਬਾ ਨਾ, ਉਹ ਕਿਸਾਨ ਵੀਰੋ ਇੱਕ ਅਲੱਗ ਹੀ ਆ। ਬਾਕੀ ਕਈ ਲੈ ਵੀ ਲੈਂਦੇ ਆ ਜਿਨ੍ਹਾਂ ਨੂੰ ਥੋੜ੍ਹੀ ਪੈਸੇ ਦੀ ਅਤੇ ਜਿਹਦਾ ਸ਼ੌਂਕ ਆ ਜਾਂ ਪੈਸੇ ਦਾ ਨਹੀਂ ਹੈਗਾ ਕੋਈ ਚੱਕਰ, ਉਹ 55 ਨੂੰ ਹੀ ਪਸੰਦ ਕਰਦੇ ਆ ਜੇ, ਠੀਕ ਹੈ ਜੀ। ਵੇਖ ਲਓ ਕਲਰ ਹੀ ਵੱਖਰਾ ਇਹਦਾ, ਟਮਾਟਰੀ ਜਿਹਾ ਇੱਕ ਅਲੱਗ ਹੀ ਮੀਨਿੰਗ ਬ੍ਰਾਂਡ ਬਣ ਗਿਆ 55 ਨਾ, ਜਿੱਦਾਂ ਕੰਪਨੀ ਦਾ ਸਭ ਤੋਂ ਜ਼ਿਆਦਾ ਵਿਕਦਾ ਇਹ 55 ਬ੍ਰਾਂਡ ਹੈ ਜਿਹੜਾ ਸਵਰਾਜ ਦਾ। ਅਤੇ ਬਾਕੀ ਜੇ ਗੱਲ ਕਰ ਲਈਏ ਖੇਤੀਬਾੜੀ 'ਚ, ਤਾਂ ਖੇਤੀਬਾੜੀ 'ਚ ਕਿਸਾਨ ਵੀਰੋ ਸਭ ਤੋਂ ਕਾਮਯਾਬ ਟਰੈਕਟਰ ਹੈ ਜਿਹੜਾ 755 ਨਾ, ਉਹਦਾ ਕਾਰਨ ਪਤਾ ਕੀ ਹੈ ਕਾਮਯਾਬ ਹੋਣ ਦਾ? ਪਹਿਲੇ ਹਾਈ 'ਚ ਤੋਰਾ ਬੜਾ ਇਹਦਾ, ਖੇਤੀਬਾੜੀ 'ਚ ਉਹੀ ਟਰੈਕਟਰ ਕਾਮਯਾਬ ਆ ਜਿਹਦਾ ਪਹਿਲੇ ਹਾਈ 'ਚ ਤੋਰਾ ਜ਼ਿਆਦਾ ਅਤੇ ਨਾਲ ਜ਼ੋਰ ਵੀ ਵਧੀਆ। ਜਿਹਦਾ ਪਹਿਲੇ ਹਾਈ 'ਚ ਤੋਰਾ ਘੱਟ ਜਾਂਦਾ ਨਾ, ਉਹ ਖੇਤੀ 'ਚ ਉਨਾ ਕਾਮਯਾਬ ਨਹੀਂ ਰਹਿੰਦਾ ਟਰੈਕਟਰ।
ਠੀਕ ਹੈ। ਜਿੱਥੋਂ ਤੱਕ ਮੇਰਾ ਸਮਝਣਾ ਆ ਵੀ ਖੇਤੀ 'ਚ ਚਾਹੀਦਾ ਤੋਰਾ, ਪਹਿਲੇ ਹਾਈ 'ਚ ਚੰਗਾ ਤੋਰਾ ਹੋਏ ਤਾਂ ਉਹ ਟਰੈਕਟਰ ਕਾਮਯਾਬ ਹੈ। ਵਾ ਵੇਖ ਲਓ ਕਿੰਨੇ ਆ ਨਜ਼ਾਰੇਦਾਰ ਲੱਗਦੇ ਪਏ ਆ, ਰਿਵਰਸ ਪੀਟੀ ਉਹਦੇ ਨਾਲ ਆ। ਇਹ ਵਾਲੀ ਸ਼ੋਅ ਤੁਸੀਂ ਕਹਿੰਦੇ ਸੀ ਆ, ਇਹ ਬੰਦ ਹੋ ਗਈ, ਇਹ ਨਹੀਂ ਜੇ ਮਿਲਣੀ ਕਿਸਾਨ ਵੀਰੋ। ਹੁਣ ਕਾਫੀ ਕਿਸਾਨਾਂ ਦੇ ਕਮੈਂਟ ਆਉਂਦੇ ਆ, ਬਾਈ ਜੀ ਦੱਸੋ ਕਿਤੋਂ ਹੈਗਾ ਅਤੇ ਕਰਾ ਦਿਓ ਅਵੇਲੇਬਲ, ਦਵਾ ਦਿਓ। ਹੁਣ ਨਹੀਂ ਮਿਲਣਾ, ਜਦੋਂ ਹੈਗਾ ਸੀ ਉਦੋਂ ਮੈਂ ਕਹਿੰਦਾ ਰਿਹਾ ਕਿਸਾਨ ਵੀਰੋ ਲੈ ਲਓ ਲੈ ਲਓ, ਉਦੋਂ ਕਿਸਾਨ ਵੀਰਾਂ ਨੇ ਸੁਣੀ ਨਹੀਂ ਗੱਲ ਹੈ। ਅਤੇ ਹੁਣ ਜਦੋਂ ਨਹੀਂ ਮਿਲਦੇ ਤਾਂ ਫਿਰ ਚਲੋ ਨਾ ਇਹ ਲੈ ਲਿਓ, ਨਵਾਂ ਲੈ ਲਿਓ, ਇਹ ਵੀ ਨਹੀਂ ਮਾੜੇ ਕਿਸਾਨ ਵੀਰੋ, ਠੀਕ ਹੈ ਜੀ। ਹੁਣ ਇਹਦੇ ਤੁਹਾਨੂੰ ਮੈਂ ਬੈ ਕਿਸੇ ਚੈੱਕ ਕਰਾ ਦਿੰਦਾ ਥੋੜ੍ਹੇ ਟਰੈਕਟਰਾਂ ਦੇ ਨਾ, ਹੈਗੇ 16 ਦੇ ਟਾਇਰਾਂ 'ਚ। ਅੱਗੇ ਨਾ ਇੱਕ ਹੋਰ ਸੀ ਵੀ 16 ਦੇ ਟਾਇਰਾਂ 'ਚ ਕਹਿੰਦੇ ਸੀ ਦਬਦਾ 55, ਜਦੋਂ 3308-7 CC ਵਾਲਾ ਸੀ, ਤਾਂ ਹੁਣ 3478 ਹੋ ਗਿਆ। ਦਬਣ ਵਾਲੀ ਵੀ ਸਮੱਸਿਆ ਇਹਦੀ ਸਮਝ ਲਓ ਵੀ ਖਤਮ ਹੀ ਹੋ ਗਈ, ਹੁਣ ਨਹੀਂ ਦਬਦਾ 16 ਦੇ ਟਾਇਰਾਂ 'ਚ ਵੀ। ਅਤੇ ਬਾਕੀ ਜੇ ਕਈਆਂ ਨੂੰ ਹੈਗਾ ਵੀ 16 ਦੇ ਟਾਇਰ ਜ਼ਿਆਦਾ ਵੱਡੇ ਆ ਯਾਰ, ਅਤੇ 14 ਦੇ ਟਾਇਰ ਆ ਜਿਹੜੇ ਥੋੜ੍ਹੇ ਛੋਟੇ ਆ, ਅਤੇ ਇੱਕ ਗਵਲਾ ਜਿਹਾ ਆਪਸ਼ਨ ਹੈਗਾ 15 ਦਾ, 15 ਦੇ ਟਾਇਰ ਵੀ ਆਉਂਦੇ ਆ ਕਿਸਾਨ ਵੀਰੋ, ਉਹ ਚੇਂਜ ਕਰਾ ਲਿਓ, ਠੀਕ ਆ। ਮੇਰੇ ਖਿਆਲ ਨਾਲ ਲੋੜ ਨਹੀਂ, ਜੇ ਇਹੋ ਜਿਹੀ ਕੋਈ ਗੱਲ ਹੁੰਦੀ ਤਾਂ ਕੰਪਨੀ ਨੇ ਨਾ ਇਹਨੂੰ ਚੇਂਜ ਕੀਤਾ, ਰਿਸਰਚ ਕਰਕੇ ਹਰ ਚੀਜ਼ ਕੰਪਨੀ ਨੇ 15 ਦੇ ਪਾ ਦਿੰਦੇ ਸੀ ਇੱਕ ਮਾਡਲ 'ਚ, ਜਿੱਦਾਂ ਇੱਕ 14 'ਚ, ਇੱਕ 15 'ਚ, ਇੱਕ 16 'ਚ, 15 ਦੀ ਨਹੀਂ ਲੋੜ, 14-16 ਦੋਨੇ ਸਹੀ ਆ। ਮੇਰੇ ਖਿਆਲ 16 ਵਾਲਾ ਲੈ ਲਿਓ ਹੁਣ, ਜ਼ਿਆਦਾ ਵਧੀਆ ਪਹਿਲੇ ਨਾਲੋਂ, ਠੀਕ ਹੈ ਜੀ। ਬਾਕੀ ਜਿਨ੍ਹਾਂ ਨੂੰ ਕੋਈ ਉਹੋ ਜਿਹੇ ਕੰਮ ਹੈ ਖੇਤੀਬਾੜੀ ਜਿੱਦਾਂ ਕਮਾਦ ਪਾਉਣਾ ਜਾਂ ਸਿਆੜਾ ਸਿਉੜਾ 'ਚ ਚਲਾਉਣਾ, ਉਹ ਭਾਵੇਂ 14 ਦੇ ਲੈ ਲਿਓ, ਨਹੀਂ ਤਾਂ ਉੱਦਾਂ ਨੋਰਮਲ 16 'ਚ ਵੀ ਨਹੀਂ ਦੱਬਦਾ ਟਰੈਕਟਰ ਹੁਣ, ਠੀਕ ਹੈ। ਬੈ ਕਿਸੇ ਦੋਨਾਂ ਦੇ ਸੇਮ ਆ। ਹੁਣ ਮੈਂ ਇਹਦੀ ਜਿਹੜੀ SFC ਆ ਨਾ ਉਹ 257 ਅਤੇ ਮੈਕਸੀਮਮ PTU HP ਆ 33.8 ਕਿਲੋ ਵਾਟ 'ਚ, ਠੀਕ ਹੈ ਜੀ। ਅਤੇ ਮਾਰਚ ਮਹੀਨੇ ਦਾ ਮਾਰਕਾ ਬਣੇ ਦੇ ਟਰੈਕਟਰ ਆ, ਵੇਖ ਲਓ। ਬਾਕੀ ਰਿਫਲੈਕਟਰ ਵਗੈਰਾ, ਇਹ ਡਬਲ DD ਵਾਲ ਪੰਪ, ਇਹ ਜਿਹੜਾ ਦੇ ਤਾ ਲਿਫਟ ਵਾਲਾ, ਮੀਨਿੰਗ ਲਿਫਟ ਦੇ ਨਾਲ ਕਨੈਕਟ ਹੈ। ਇਕੱਲੇ ਜਾਣੇ ਵੀ ਤੁਸੀਂ ਕੋਈ ਸੰਦ ਪਾਉਣਾ ਨਾ ਟਰੋਲੀ ਜਾਂ ਹੱਲਾ ਹੁੱਲਾ ਕੁਛ ਵੀ, ਤਾਂ ਇਕੱਲਾ ਬੰਦਾ ਹੀ ਪਾ ਸਕਦਾ ਇੱਥੋਂ ਲਿਫਟ ਚੁੱਕ ਕੇ, ਕਿਉਂਕਿ ਇੱਥੋਂ ਹੱਥ ਪੁੱਜਦਾ ਨਹੀਂ, ਅੱਗੇ ਦੂਰ ਆ, ਅਤੇ ਤਾਂ ਕੰਪਨੀ ਨੇ ਅਟੈਚ ਕਰਤਾ ਨਾਲ, ਠੀਕ ਹੈ ਜੀ। ਅਤੇ ਦੋਨਾਂ ਟਰੈਕਟਰਾਂ 'ਚ ਤੁਹਾਨੂੰ ਮੈਂ ਰੇਟ ਵੀ ਦੱਸਦੇ ਆ, ਆਵਾਜ਼ ਵੀ ਚੈੱਕ ਕਰਾ ਦਿੱਤੀ ਆ ਦੋਨਾਂ ਦੀ, ਆਵਾਜ਼ ਸੇਮ ਹੀ ਆ, ਇੰਜਨ ਸੇਮ ਆ। ਬਸ ਜਿਹੜਾ ਫਰਕ ਕੀਤਾ ਨਾ, ਇਹ ਫਿਲਟਰ ਆ ਜਿਹੜਾ ਕਰਤਾ ਟੇਢਾ, ਪਹਿਲੇ 'ਚ ਸਿੱਧਾ ਆਉਂਦਾ ਰਿਹਾ ਇੱਦਾਂ ਫਿਲਟਰ, ਅਤੇ ਇੱਕ ਇਹਦੇ 'ਚ ਜਿਹੜਾ ਹੋਰ ਚੇਂਜ ਆ ਉਹ ਇਹਦੇ ਜਿਹੜੇ ਆ ਪਾਰ ਆ ਨਾ ਪੰਖ ਆ ਜਿਹੜੇ, ਜਿਹੜੇ ਆਪਣੇ ਪੱਖਾ ਆ, ਪੱਖਾ ਲੋਹੇ ਦਾ ਕਰਤਾ, ਪਹਿਲੇ ਪਲਾਸਟਿਕ ਦਾ ਆਉਂਦਾ ਰਿਹਾ ਚਿੱਟੇ ਕਲਰ 'ਚ, ਹੁਣ ਕਾਲੇ ਕਲਰ 'ਚ ਲੋਹੇ ਦਾ ਪੱਖਾ ਕਰਤਾ ਸਾਰੇ ਮਾਡਲਾਂ 'ਚ, ਠੀਕ ਹੈ ਜੀ। ਅਤੇ ਇੱਕ ਦਾ ਸਲੰਸਰ ਚੇਂਜ ਕਰਤਾ, ਇੱਕ ਸ਼ੋਅ ਚੇਂਜ ਕਰਤੀ ਆ, ਅਤੇ ਇੱਕ ਜਿਹੜਾ ਇੰਜਨ ਆ 3307 ਦੀ ਜਗ੍ਹਾ 3478 CC ਕਰਤਾ, ਅਤੇ ਜਿਹੜਾ ਤੇਲ ਆ ਨਾ ਪੰਪ ਦਾ, ਇਹ ਜਿੱਦਾਂ ਇਹ ਪੰਪ ਜਾਂ ਤੇਲ ਆ ਜਿਹੜਾ ਉਹ ਇੰਜਨ 'ਚੋਂ ਹੀ ਆਉਂਦਾ, ਪਹਿਲੇ ਅਲੱਗ ਤੋਂ ਪਾਣੀ ਪੈਂਦਾ ਸੀ, ਹੁਣ ਇਹ ਦੇਖੋ ਪਾਈਪ ਦੇ ਦਿੱਤੀ ਆ, ਪੰਪ ਵਾਲਾ ਮੀਨਿੰਗ ਇੰਜਨ ਵਾਲਾ ਤੇਲ ਹੀ ਪੰਪ ਨਾਲ ਕਰਤਾ, ਸਭ ਤੋਂ ਵੱਡੇ ਜਿਹੜਾ ਇਹਦਾ ਇਹ ਦੁੱਖ ਕੱਟਦਾ, ਪਹਿਲੇ ਮੀਨਿੰਗ ਇਹਦੇ 'ਚ ਪਾਣੀ ਪਾਉਂਦਾ ਰਿਹਾ ਇੰਜਨ 70-80 ਘੰਟੇ ਚੱਲਣ ਤੋਂ ਬਾਅਦ ਤੇਲ ਪੰਪ 'ਚ, ਹੁਣ ਉਹ ਸਿਸਟਮ ਖਤਮ ਹੋ ਗਿਆ। ਅਤੇ ਇੱਕ ਚੀਜ਼ ਜਿਹੜੀ ਤੁਹਾਨੂੰ ਦਿਖਾ ਦਿੰਦਾ ਕੰਪਨੀ ਨੇ ਕੀਤੀ ਆ, ਮੇਰੇ ਖਿਆਲ ਨਾਲ ਨਾ ਕੋਸਟ ਕਟਿੰਗ ਕਹਿ ਲਓ ਜਾਂ ਕੁਛ ਵੀ ਕਹਿ ਲਓ, ਉਹ ਤੁਸੀਂ ਨੋਟ ਕੀਤੀ, ਇਹ ਜਿੱਦਾਂ 55 ਦੇ ਖੰਡੇ ਹੋ ਨਾ 4x4, ਇਹਦੇ 'ਚ ਕਿਸਾਨ ਵੀਰੋ ਡਬਲ ਡੀਜ਼ਲ ਫਿਲਟਰ ਚੈੱਕ ਕਰ ਲਏ, 2 ਡੀਜ਼ਲ ਫਿਲਟਰ ਆ ਨਾ ਇਹ, ਜਿਹੜੇ ਪਹਿਲੇ ਮਾਡਲ ਆਉਂਦੇ ਸੀ 2 ਡੀਜ਼ਲ ਫਿਲਟਰਾਂ ਵਾਲੇ ਹੀ ਆਉਂਦੇ ਸੀ ਨਵੀਂ ਸ਼ੋਅ 'ਚ ਵੀ, ਹੁਣ ਜਿਹੜੇ ਨਵੇਂ ਬਿਲਕੁਲ ਰੀਸੈਂਟ ਮੈਨੂਫੈਕਚਰਿੰਗ ਆ ਉਹਦੇ 'ਚ ਕੰਪਨੀ ਨੇ ਨਾ, ਆਹ ਵੇਖ ਲਓ ਇਹ ਚੈੱਕ ਕਰੋ, ਸਿੰਗਲ ਕਰਤਾ, ਸਿੰਗਲ ਡੀਜ਼ਲ ਫਿਲਟਰ, ਇਹਦੇ 'ਚ ਸਿੰਗਲ ਆ ਡੀਜ਼ਲ ਫਿਲਟਰ, ਅਤੇ ਇਹਦੇ 'ਚ ਡਬਲ ਸੀ, ਪਹਿਲੇ ਸਾਰਿਆਂ 'ਚ ਡਬਲ ਆਉਂਦੇ ਰਹੇ ਸੀ। ਅਤੇ ਕਹਿ ਲਓ ਤੁਸੀਂ ਵੀ ਕੋਸਟ ਕਟਿੰਗ ਜਾਂ ਟਾਈਮ ਟੂ ਟਾਈਮ ਕੰਪਨੀ ਥੋੜ੍ਹਾ ਬਹੁਤ ਅਪਡੇਟ ਕਰਦੀਆਂ ਰਹਿੰਦੀਆਂ, ਸਾਰੀ ਕੰਪਨੀਆਂ ਜੀ ਹੁਣ ਲਗਭਗ ਸਿੰਗਲ ਡੀਜ਼ਲ ਫਿਲਟਰ ਕਰਦੇ ਆ, ਇਹ ਤੁਹਾਨੂੰ ਮੈਂ ਦੱਸਿਆ ਵੀ ਕਈਆਂ ਨੂੰ ਸ਼ਾਇਦ ਨਾ ਪਤਾ ਹੋਏ, ਇਹ ਦੇਖ ਲਓ ਇਹ ਡਬਲ ਸੀ ਉੱਧਰ ਸਿੰਗਲ ਆ, ਠੀਕ ਹੈ ਜੀ। ਅਤੇ ਬਾਕੀ
ਨਹੀਂ ਨਹੀਂ ਤੇ ਬਾਕੀ ਇਹੋ ਕੁਛ ਜਾਣਕਾਰੀ ਸੀ ਕਿਸਾਨ ਵੀਰੋ ਵੀਡੀਓ 'ਚ ਏ ਟੂ ਜੈਡ ਜੋ ਜਾਣਕਾਰੀ ਹੈਗੀ ਸੀ ਦੇ ਦਿੱਤੀ ਆ ਅਤੇ ਮੋਬਾਈਲ ਚਾਰਜਰ ਵਾਲਾ ਸਿਸਟਮ ਵੀ ਹੈਗਾ ਇਹਦੇ 'ਚ 12 ਵੋਲਟ ਦਾ ਮੋਬਾਈਲ ਚਾਰਜ ਆ ਮੋਬਾਈਲ ਚਾਰਜ ਕਰ ਸਕਦੇ ਅਤੇ ਇਹਦਾ ਗ੍ਰਾਫ ਵਗੈਰਾ ਅੱਛਾ ਕਰ ਲਿਆ ਠੀਕ ਹੈ ਜੀ